ਇੱਥੇ ਜਨਾਬ ਆਉਣੇ ਬਹੁਤ ਬੜਾ ਕੋਈ ਸਖਤ ਇੱਥੋਂ ਨਿਕਲਾਂ ਅਜੇ ਤਾਂ ਕੋਈ ਅੱਲਾ ਕਰੇ ਨਾ ਹੀ ਨਿਕਲਿਆ ਕਿਆ ਹਾਲ ਨੇ ਜੀ ਪਾਣੀ ਉੱਪਰ ਚੜਿਆ ਬਾਰਿਸ਼ਾਂ ਹੋਈਆਂ ਪਾਣੀ ਤਾਂ ਕੁਝ ਅਜੇ ਮੌਜੂਦ ਹੈ ਗੁਡ ਈਵਨਿੰਗ ਅਸਲਾਮ ਵਾਲੇਕਮ ਕਿਆ ਹਾਲ ਜਨਾਬ ਠੀਕ ਹੋ ਸਿਹਤਾਂ ਤਬੀਤਾਂ ਜਨਾਬ ਵੀ ਠੀਕ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋ ਸੋ ਔਰ ਆਪਣੀ ਜਿਹੜੀ ਜ਼ਿੰਦਗੀ ਹੈ ਔਰ ਬਿਹਤਰੀਨ ਔਰ ਅਹਿਸਨ ਅੰਦਾਜ਼ ਨਾਲ ਗੁਜ਼ਾਰਨੇ ਹੋ ਸੋ ਜਨਾਬ ਅੱਜ ਮੈਂ ਆਹ ਹੈ ਕਿ ਸ਼ਾਮੀ ਕਿਉਂ ਨਾ ਨਿਕਲਿਆ ਜਾਏ ਕਿ ਤੁਸਾਂ ਕਿ ਅੱਜ ਮੈਂ ਇੱਕ ਗਾਰ ਦੱਸਾਂ ਰੱਟੇ ਨੀ ਤਾਰੀਖ ਨਹੀਂ ਇਹ ਵੀ ਹਿਸਟਰੀ ਹੈ ਇੱਕ ਗਾਰ ਬਾਗ ਖੂਹੀ ਕੂਆਂ ਛੂਹਾਂ ਜੋ ਵੀ ਮਾਮਲਾਤ ਹੈ ਡੇਰਾ ਜੋ ਕੋਈ ਦੱਸਣਾ ਹੋਇਆ ਦੱਸਣੇ ਦੀ ਪੂਰੀ ਕੋਸ਼ਿਸ਼ ਕਰ ਸਾਂ ਜਿਹੜੀ ਮਾੜੀ ਅਪਰੋਚ 'ਚ ਹੋਈ ਅਤੇ ਅੱਜ ਵਲੋਗ ਲੇਟ ਸਟਾਰਟ ਕੀਤਾ ਉਸ ਵਜ੍ਹਾ ਹੈ ਕਿ ਸੁਬਹਾ ਪਹਿਲਾਂ ਮੈਂ ਥੋੜ੍ਹਾ ਜਿਹਾ ਬਿਜ਼ੀ ਸਾਂ ਹੋਸਪਿਟਲ ਨੇ ਕੋਈ ਮਾਮਲਾਤ 'ਚ ਅਤੇ ਚਲੋ ਮੈਂ ਹੁਣ ਨਿਕਲੇ ਹਾਂ ਤਾਂ ਜੁਲੇ ਹਾਂ ਤੱਕਣੇ ਹਾਂ ਕਿ ਰੱਟੇ ਵਿੱਚ ਜਿਹੜਾ ਗਾਰ ਹੈ ਇਸ ਬਾਰੇ 'ਚ ਮੈਂ ਸੁਣਿਆ ਸੀ ਤਾਂ ਉਹ ਸਾਂ ਕੇ ਦੱਸਣੇ ਹਾਂ ਅਤੇ ਚੈਨਲ 'ਤੇ ਜਿਹੜੇ ਨਵੇਂ ਹਲੇ ਉਹ ਤੱਕਣੇ ਹਲੇ ਲਾਈਕ ਸਬਸਕ੍ਰਾਈਬ ਸ਼ੇਅਰ ਲਾਜ਼ਮੀ ਕਰੀ ਉੜੇ ਤਾਂ ਇਸ ਤਰ੍ਹਾਂ ਜਨਾਬ ਮੈਂ ਖਤਮ ਲਵਾਣੀ ਨੇ ਮੁਕਾਮ ਉੱਪਰ ਲਵਾਣੀ ਇਸ ਕੀ ਆਖਣੇ ਤਾਂ ਮਾੜੇ ਨਾਲ ਜਨਾਬ ਸਾਕਬ ਸਾਹਿਬ ਮੀਆਂ ਸਾਹਿਬ ਕਿਆ ਹਾਲ ਹੈ ਠੀਕ ਹੋ ਸਿਹਤਾਂ ਤਬੀਤਾਂ ਸਰ ਬੜੇ ਮਾਸ਼ਾ ਅੱਲਾ ਸਮਾਰਟ ਲੱਗ ਰਹੇ ਮਾਸ਼ਾ ਅੱਲਾ ਸਮਾਰਟ ਹੀ ਰਹਿ ਗਈ ਹੁਣ ਚੱਲ ਝੂਠਾ ਚਲੋ ਅੱਲਾ ਅੱਲਾ ਸਿਹਤ ਹੋਇਆ ਤਾਂ ਇਹ ਦੱਸੋ ਕਿ ਅੱਜ ਕਿਆ ਦੱਸੀ ਰਹੇ ਹੋ ਅੱਜ ਸੰਗੀ ਗਾਰ ਦੱਸੀ ਰਹੇ ਜਿੱਥੇ ਆਣੇ ਸਿੱਖ ਤੋਪਾਂ ਚਲਾਉਣੇ ਹੋਣੇ ਸਰ ਸਿੱਖ ਤੋਪਾਂ ਚਲਾਉਣੇ ਤੋਪਾਂ ਚਲਾਉਣੇ ਤੁਸੀਂ ਸਿੱਖ ਸੁਣਿਆ ਹੀ ਹੈ ਅੱਛਾ ਸੁਣਿਆ ਮੈਂ ਕਿਹਾ ਤੁਸੀਂ ਤੱਕਿਆ ਹੋਇਆ ਤੱਕਿਆ ਕੋ ਤੂੰ ਅਸਾਂ ਜ਼ਾਹਿਰ ਆਉਂਦਾ ਠੀਕ ਹੋਈ ਗਿਆ ਠੀਕ ਹੋਈ ਗਿਆ ਚਲੋ ਰੌਣਕਾਂ ਮੇਲਾ ਆਪਣੇ ਇਲਾਕੇ ਦੀ ਤੱਕਣੇ ਤਾਂ ਪੁਰਾਣਾ ਇੱਕੋ ਹੀ ਆ ਉੱਥੇ ਪਾਣੀ ਉਮਣਾ ਜ਼ਮੀਨਾਂ 'ਚ ਉਮਣਾ ਕਿਆ ਬਾਤ ਹੈ ਮੈਂ ਜੀ ਠੰਡਾ ਠੰਡਾ ਪਾਣੀ ਠੀਕ ਹੋ ਗਿਆ ਜੀ ਤਾਂ ਨਾਜ਼ਰੀਨ ਹੁਣ ਅਸਾਂ ਜੁਲੇ ਹਾਂ ਥੋੜ੍ਹੀ ਦੇਰ ਬਾਅਦ ਅੱਗੇ ਤਾਂ ਤੁਸਾਂ ਕਿ ਜਨਾਬ ਪਹਿਲੇ ਤਾਂ ਦੱਸੀਏ ਜਨਾਬ ਲਵਾਣੀ ਨਹੀਂ ਆ ਰੌਣਕਾਂ ਐ ਤੱਕੋ ਜਨਾਬ ਮਾਸ਼ਾ ਅੱਲਾ ਇੱਧਰ ਗਾਵਾਂ ਛਾਵਾਂ ਚੱਲੀਆਂ ਪਈਆਂ ਅਤੇ ਸੂਰਜ ਹੈ ਉੱਪਰ ਹੀ ਹੈ ਲੇਕਿਨ ਇਹ ਹੈ ਕਿ ਅਸਾਂ ਜਨਾਬ ਇਨਸ਼ਾਅੱਲਾ ਪੂਰੀ ਕੋਸ਼ਿਸ਼ ਕਰ ਸਾਂ ਕਿ ਤੁਸਾਂ ਕਿ ਜਿੱਦਾਂ ਵੀ ਇੰਟਰਟੇਨਮੈਂਟ ਔਰ ਜਿਹੜੀ ਤਾਰੀਖੀ ਚੀਜ਼ਾਂ ਦੱਸੀ ਸਕਾਂ ਤਾਂ ਦੱਸਾਂ ਤਾਂ ਮੈਂ ਜੀ ਕਦੋਂ ਜੁਲੇ ਹੋ ਰਹੀ ਸਾਹਿਬ ਆਈ ਅਸ ਅੱਛਾ ਅੱਛਾ ਜੁਲੇ ਹਾਂ ਆਸਤਾ ਆਸਤਾ ਜਨਾਬ ਹੁਣ ਅੱਗੇ ਜੁਲੇ ਹਾਂ ਤਾਂ ਤੱਕਣੇ ਕਿਆ ਕੋਈ ਸੁਰਤ ਹਾਲ ਹੈ ਤੁਸਾਂ ਸਾਡੇ ਨਾਲ ਬਸ ਆਈ ਜਾਓ ਆਈ ਜਾਓ ਜੁਲੋ ਇਹ ਤੱਕਿਆ ਬੱਕਰੀ ਕਿਹੜਾ ਮਾਰਿਆ ਹੈ ਮੋਟਰਸਾਈਕਲ ਖਿਲਾਓ ਜੀ ਇਹ ਜਨਾਬ ਆਪਣਾ ਸਾਕਬ ਸਾਹਿਬ ਇਹ ਇਲਾਕਾ ਕਿਹੜਾ ਵਾ ਲਵਾਣੀ ਲਵਾਣੀ ਆਈ ਗਿਆ ਜੀ ਠੀਕ ਹੋਈ ਗਿਆ ਸਗੀਰ ਸਾਹਿਬ ਨੇ ਕਰਾ ਕੋਲ ਜਾਣੇ ਤੇ ਸਗੀਰ ਸਾਹਿਬ ਜ਼ਰਗਰ ਕੀ ਬਾਤ ਹੈ ਜੀ ਹੁਣ ਤੂੰ ਜੁਲਨੇ ਆ ਜਨਾਬ ਆਸਤਾ ਆਸਤਾ ਟੁਰਨੇ ਟੁਰਨੇ ਖਰਾਮਾ ਖਰਾਮਾ ਅੱਜ ਸਾਕਬ ਸਾਹਿਬ ਨੇ ਅਸਾਂ ਮਤਲਬ ਹੈ ਕਿ ਜੋ ਕੁਝ ਮਤਲਬ ਕਿਆ ਕਿਆ ਹੀ ਸਕਣੇ ਸਾਕਬ ਸਾਹਿਬ ਤੁਸਾਂ ਨੇ ਕਿਆ ਹੀ ਸਕਣੇ ਆ ਚਲੋ ਅੱਜ ਸਾਰੇ ਸਪੁਰਦ ਕਰੀਏ ਸਪੁਰਦ ਸਪੁਰਦ ਚਲੋ ਨਾਜ਼ਰੀਨ ਹੁਣ ਅੱਗੇ ਜੁਲਨੇ ਆ ਤੱਕਣੇ ਆ ਕਿਆ ਕੋਈ ਸ਼ੁਗਲ ਮੇਲਾ ਕਾ ਹੋਣਾ ਸੀ ਬਿਲਕੁਲ ਕਲੀਅਰ ਅੱਛਾ ਬਣ ਹੋਣਾ ਸੀ ਬੜਾ ਬਿਹਤਰੀਨ ਖੂਬਸੂਰਤ ਹੈ ਤਾਂ ਹੁਣ ਹਰ ਸ਼ਾਲ ਲਾਣੇ ਰਹਿਣੇ ਨਾ ਸਹੀ ਤਾਂ ਇਹ ਹਾਲ ਲਗੇ ਮੇਰੇ ਕੋਲ ਜੁਲੇ ਹੋ ਬੜੀ ਖੂਬਸੂਰਤ ਜਗ੍ਹਾ ਸੀ ਇਹ ਠੀਕ ਹੈ ਬਹੁਤ ਦੂਰ ਅਸੀਂ ਜਨਾਬ ਇਸ ਤਰ੍ਹਾਂ ਟੁਰਨੇ ਟੁਰਨੇ ਜਾਣੇ ਆ ਪਏ ਬਾੜੀਆਂ ਚੋਂ ਯਕੀਨ ਕਰੋ ਮੁਸ਼ਕਲ ਰਸਤਾ ਅਸਾਂ ਵੀ ਜੁੱਤੀਆਂ ਘਰਾਂ ਲਈ ਲਾਈ ਟੁਰੀ ਪਏ ਹਾਂ ਤਾਂ ਇਹਨਾਂ ਵਾਹੀ ਲਾਈਆਂ ਵੀ ਆ ਕਿਆ ਖਿਆਲ ਨੇ ਜੀ ਤਾਂ ਮੀਆਂ ਜਨਾਬ ਦਬਾ ਦਬ ਕੰਮ ਰੱਖਿਆ ਵਾ ਐਨਕਾਂ ਅਸਾਂ ਵੀ ਰੱਖੀਆਂ ਵੀ ਆ ਪਰ ਰਹੀ ਅੱਜ ਉੱਪਰ ਹੀ ਅੰਸਰ ਹੈ ਭਾਅ ਜੀ ਸਾਡੇ ਕੈਪਟਨ ਮੀਆਂ ਅੱਲਾ ਖੈਰ ਹੀ ਕਰਾ ਅੱਲਾ ਖੈਰ ਹੀ ਕਰਾ ਗਾਰ ਪਤਾ ਨਹੀਂ ਕਿਹੜੇ ਪਾਸਾ ਵੈ
ਚਲੋ ਜਨਾਬ ਇਹ ਤੱਕੋ ਬਾੜੀਆਂ ਇਹ ਕਿਹੜਾ ਇਲਾਕਾ ਜੀ ਬਾਗ ਬੁਣ ਹੈ ਚਲੋ ਜਨਾਬ ਹੁਣ ਅੱਗੇ ਚੁੱਲੇ ਹਾਂ ਤੱਕਣਿਆ ਕਿਆ ਕੋਈ ਸੀਨ ਬਾਹਰ ਲੱਭੀ ਹੈ ਜਾਂ ਰਾਜਾ ਉਮਰ ਬੁਣ ਮੋੜੇ ਲੈਣਾ ਜ਼ਰੂਰ ਉਠਾਏ ਨਾਜ਼ੀਨ ਇਸ ਲਈ ਬੜਾ ਖਤਰਨਾਕ ਜਾ ਤੱਕ ਹੀ ਸਕਦੇ ਹੋ ਜੰਗਲ ਤਾਂ ਮੀਆਂ ਤਾਂ ਉਹ ਜਨਾਬ ਪਹੁੰਚ ਗਏ ਤਾਂ ਮੈਂ ਤਾਂ ਰਹੀ ਸਾਹਿਬ ਪਿੱਛੇ ਆਇਆ ਤਾਂ ਹੁਣ ਤੱਕਣਿਆ ਕਿਆ ਕੋਈ ਸੀਨ ਬਣਨਾ ਇੱਧਰ ਬੜਾ ਖਤਰਨਾਕ ਕਿਸਮ ਦਾ ਜਨਾਬ ਰਸਤਾ ਵੀ ਹੈ ਜਾਨਵਰ ਖਾਣੇ ਲਈ ਇਹ ਸਭ ਵੀ ਮੌਸਮ ਮੀਆਂ ਜੀ ਤੱਕਿਆ ਧਿਆਨ ਹੀ ਕਰਿਆ ਬਾਇਆ ਤੁਸਾਂ ਵੀ ਕੋਈ ਕਿ ਖਤਰਨਾਕ ਇਲਾਕਾ ਕੋਈ ਡੰਡੇ ਸੋਟੀ ਨਹੀਂ ਚਾਹੀਏ ਅਨਾਰ ਉਹ ਤੁਸਾਂ ਕੀ ਦਿੱਤਾ ਨਾ ਸਾਂ ਕੁਦਰ ਖਾਣ ਲੱਗੇ ਜੀ ਇਹ ਮੀਂਹ ਲੈਣਾ ਕੋਈ ਸ਼ੂਟ ਡਿਸਕਵਰੀ ਚੈਨਲ ਵਾਸਤੇ ਨਾ ਕਰਾਉਣ ਲੱਗੇ ਸਾੜੀ ਅੱਜ ਅੱਜ ਕੋਈ ਕੰਮ ਖਰਾਬ ਹੀ ਹੈ ਓਏ ਹੋਏ ਹੋਏ ਬੜਾ ਖਤਰਨਾਕ ਰਸਤਾ ਜੀ ਓਏ ਹੋਏ ਹੋਏ ਰਾਈ ਸਾਹਿਬ ਕਿਆ ਬਣ ਸੀ ਸਰਕਾਰ ਪਾਣੀ ਪੀ ਕੇ ਹੁਣ ਮੈਂ ਚਾਹੀਦੀ ਫਿਰ ਜਾਣਾ ਸਰਕਾਰ ਪਾਣੀ ਪੀਣੇ ਆ ਪੀ ਗਿਣੋ ਤਾਂ ਫਿਰ ਪਾਣੀ ਪੀ ਗਣੀ ਹੈ ਜੀ ਮੈਨੇ ਬਿਸਮਿਲ੍ਲਾਹਿਰ ਰਹਿਮਾਨ ਰਹੀਮ ਮੀਆਂ ਜਾਂਦਾ ਨਾ ਇਹ ਤਾਂ ਕੋਈ ਪਤਾ ਲਾਉਣਾ ਸ੍ਰੀਲੰਕਾ ਨੇ ਜੰਗਣਾ ਚਾਹੀਏ ਚਲੋ ਜਨਾਬ ਪਾਣੀ ਸ਼ਾਣੀ ਪੀਣੇ ਹਾਲਤ ਤੱਕ ਸਾਡੇ ਪੈਰਾਂ ਨੀ ਪੈਰਾਂ ਨੀ ਇਹਨਾਂ ਨੇ ਬਣਾਇਆ ਉਹ ਕਿਆ ਕਰਾਂ ਫਿਰ ਥੋੜਾ ਹੋਰ ਪਾਣੀ ਪਾਓ ਜੀ ਅੱਜ ਜਨਾਬ ਮੁਕੰਮਲ ਜੰਗਲ ਵਿੱਚ ਸੈਰ ਹੈ ਉਹ ਵੀ ਸਖਤ ਗਰਮੀ ਵਿੱਚ ਉਹ ਵੀ ਸਖਤ ਗਰਮੀ ਵਿੱਚ ਜੰਗਲ ਵੀ ਨਹੀਂ ਜੰਗਲ ਜਿਹੜਾ ਮੰਗਲ ਨਹੀਂ ਹੋਣਾ ਉਹ ਸੈਰ ਹੀ ਮੀਆਂ ਜੀ ਕਸਮ ਹੈ ਚਲੋ ਮੁਲਾਕਾਤ ਕਰਨੇ ਆ ਵੀ ਜੰਗਲ ਕਾਰਾ ਵਿੱਚ ਪਹੁੰਚੀ ਗਏ ਇੱਧਰ ਅਸੀਂ ਆਏ ਸੀ ਤਾਂ ਰਸਤਾ ਬੰਦ ਇੱਥੇ ਤਾਂ ਜਾਣ ਹੀ ਨਹੀਂ ਹੋਣਾ ਨਹੀਂ ਨਹੀਂ ਦਿਲ ਛੋੜੀ ਬੈਠੇ ਨਹੀਂ ਜੀ ਜੁੱਤੀਆਂ ਦੁਈਆਂ ਲਾਈਆਂ ਵੀਆਂ ਉਸ ਪਾਸੋਂ ਜੁਲੇ ਆ ਜੀ ਕੋਈ ਗੜਬੜ ਹੈ ਜੀ ਕੋਈ ਕੋਈ ਸ਼ੇਰ ਸ਼ੇਰ ਤਾਂ ਨਹੀਂ ਇੱਧਰ ਸ਼ੇਰ ਇਸ ਇਲਾਕੇ ਮੀਆਂ ਰਾਪੂ ਕੱਲੇ ਮੀਆਂ ਜੀ ਮਰਵਾਇਆ ਨੇ ਕਸਮ ਮਰੀ ਗਿਆ ਜਨਾਬ ਰਸਤਾ ਅਸਾਂ ਕਿ ਨਹੀਂ ਸੀ ਮਿਲਣਾ ਪਿਆ ਬੜਾ ਖਤਰਨਾਕ ਹੁਣ ਤੂੰ ਜੰਮ ਮਾਰਨੇ ਆ ਤਾਂ ਬਾਅਦ ਹੀ ਤੁਸਾਂ ਨਾਲ ਮਿਲਣੇ ਆ ਕਿ ਢਾਲਣੇ ਸੀ ਕਿ ਢਾਲਣਾ ਹੋਣਾ ਸਣੇ ਤੇ ਪਾਰ ਰਾਜ ਸੋਹੀਬ ਸਾਹਿਬ ਨੇ ਡੇਰੇ ਪਰ ਖੰਨਾ ਹੋਣਾ ਸਣੇ ਇਥੋਂ ਇਥੋਂ ਮਾਰੋ ਬੜਾ ਜੰਗਲ ਜੇ ਇਥੋਂ ਸੁੱਕੀ ਮੀਆਂ ਜਾਂ ਢਾਲਣੇ ਹੋਣੇ ਸਣ ਇੱਥਾ ਵਿੱਚ ਪਿਆ ਪਿਆ ਹੋਣਾ ਸੀ ਇਹ ਪ੍ਰਾਪਰ ਇਥੋਂ ਜਿਹੜਾ ਅਨਰਾ ਬੰਦਾ ਹੁਣ ਸਭ ਕੁਝ ਹੁਣ ਖਤਮ ਹੋ ਗਿਆ ਹੁਣ ਜੰਗਲ ਬਣ ਗਿਆ ਹੁਣ ਇਥੋਂ ਜਿਲੋ ਸਾਹਿਬ ਨੇ ਡੇਰੇ ਪਰ ਥੈ ਜਨਾਬ ਆਨੇ ਬਹੁਤ ਬੜਾ ਕੋਈ ਸਖਤ ਇਥੋਂ ਨਿਕਲਾਂ ਅਜੇ ਤਾਂ ਕੋਈ ਅੱਲਾ ਕਰੇ ਨਾ ਹੀ ਨਿਕਲਿਆ ਕਿਆ ਹਾਲ ਨੇ ਜੀ ਕੀ ਹੈ ਸੁਣਿਆ ਜੀ ਅਸਾਂ ਵੀ ਸੁਣਿਆ ਸੁਣਿਆ ਹੀ ਹੈ ਅੱਲਾ ਕਰੇ ਸੁਣਿਆ ਹੀ ਰੱਖਿਓ ਪਤਾ ਨਹੀਂ ਗਾਰ ਕੁਦਰ ਹੈ ਮੀਆਂ ਆਪਣੇ ਕਿਹੜੀ ਕਿਆਦਤ ਹੋਈ ਖੜੀ ਦੇ ਮੀਆਂ ਨੇ ਕਿਆਦਤ ਬੜੀ ਮਹਿੰਗੀ ਨਾ ਪਈ ਜਾ ਮਾਸ਼ਾ ਅੱਲਾ ਇਹ ਪਹਿਲੇ ਤੱਕੋ ਜੀ ਜੰਗਲ ਵਿੱਚ ਕੋਈ ਰਾਹ ਹੁਣ ਅਸਾਂ ਕਿ ਗਲਤ ਪਾਇਆ ਨੇ ਹੁਣ ਦੂਏ ਪਾਸੋਂ ਜਾਣੇ ਆ ਲਓ ਜੀ ਨਾਜ਼ਰੀਨ ਹੁਣ ਅਸਾਂ ਉਸ ਗਾਰ ਨੇ ਏਰੀਏ ਵਿੱਚ ਪਹੁੰਚੇ ਹਾਂ ਜਨਾਬ ਮਾਸ਼ਾ ਅੱਲਾ ਤਾਂ ਇਹ ਤੱਕ ਹੀ ਸਕਦੇ ਹੋ ਜਨਾਬ ਪਹਿਲੇ ਤਾਂ ਪਹਾੜੀ ਤੱਕੋ ਤਾਂ ਉਸ ਤੋਂ ਬਾਅਦ ਉਹ ਸਾਹਮਣੇ ਗਾਰ ਹੈ ਲੇਕਿਨ ਨਜ਼ਦੀਕ ਤੋਂ ਇਸ ਤਰ੍ਹਾਂ ਕਿ ਦੱਸਾਂ ਇਨਸ਼ਾਅੱਲਾ ਭਾਈ ਰਈਸ ਹੋਰ ਤਾਂ ਪਹੁੰਚ ਹੀ ਗਏ ਉੱਥੇ ਤਾਂ ਮੈਂ ਤਾਂ ਸਾਕਬ ਸਾਹਿਬ ਫਿਲਹਾਲ ਉਸ ਵੇ ਪਰ ਜਾਣੇ ਹਾਂ ਪਏ ਇਹ ਕੋਈ ਰਸਤਾ ਵੀ ਬੰਦ ਹੈ ਹੁਣ ਜਾਣੇ ਹਾਂ ਬੜਾ ਅਸਾਂ ਦੁਸ਼ਵਾਰ ਰਸਤਾ ਕੱਟੀ ਗਏ ਹਾਂ ਜੀ ਕੁਰਬਾਨੀ ਆਵਾਮ ਕੀ ਦੱਸਣਾ ਜਨਾਬ ਇਹ ਗਾਰ ਤਾਂ ਮੀਆਂ ਜੀ ਇਹ ਸੀੜੀਆਂ ਖੋਲੋ ਨਾ ਅੱਛਾ ਜੰਮ ਮਾਰੋ ਜੀ ਇਹ ਜਨਾਬ ਜੰਮ
ਇਹ ਜਨਾਬ ਹੁਣ ਜਾਣੇ ਗਾਰ ਵਾਲੇ ਪਾਸੇ। ਮਾਸ਼ਾਅੱਲਾ ਜੀ, ਜ਼ਬਰਦਸਤ ਇਹ ਧਿਆਨ ਰੱਖਿਆ ਇਹ ਬੰਦੂਕ ਸਾਡੀ। ਅੱਛਾ ਜੀ, ਇਹ ਉਹ ਗਾਰ ਹੈ ਜਨਾਬ, ਹੈ ਤਾਂ ਕੀ ਸਕਣੇ ਹੋ ਜਨਾਬ, ਵੈਸੇ ਤਾਂ ਇਹ ਸਾਰੀ ਪਹਾੜੀ ਨਾਲ ਹੈ, ਲੇਕਿਨ ਇਹਨੂੰ ਥੋੜ੍ਹੀ ਜਿਹੀ ਮਾਡਰਨਾਈਜ਼ ਕੀਤੀ ਗਈ ਹੈ। ਰਾਸ਼ਦ ਸਾਹਿਬ ਪਿੱਛੇ ਡੇਰਾ ਵੀ ਹੈ ਉੱਥੋਂ ਕੀ, ਉਹ ਫਿਰ ਕੁਦਰੇ ਇਨਸ਼ਾਅੱਲਾ ਡੇਰਾ ਵੀ ਨਾ ਕਿ ਵਿਜ਼ਿਟ ਕਰਾਸਾਂ ਇਨਸ਼ਾਅੱਲਾ ਲਾਜ਼ਮੀ। ਤੂੰ ਆਓ ਜੀ ਗਾਰ ਵਾਲੇ ਪਾਸੇ, ਸੀੜੀਆਂ ਤੋਂ ਕਹੋ ਜੀ, ਇਹ ਸੀੜੀਆਂ ਪਹਿਲੇ ਉੱਪਰ ਚੜ੍ਹੋ। ਅਤੇ ਇਸ ਗਾਰ ਨੇ ਜਨਾਬ ਹਿਸਟਰੀ ਇਹ ਹੈ ਕਿ ਇੱਥੇ ਇਸ ਗਾਰ ਵਿੱਚ ਸਿੱਖ ਹੋਣੇ ਸੀ ਜੀ, ਸਿੱਖ ਹੋਣੇ ਸਨ। ਬੰਦੂਕ ਸ਼ੂਕ ਚਲਾਣੇ ਹੋਣੇ ਸਨ, ਐ ਤੱਕੀ ਸਕਣੇ ਹੋ ਜਨਾਬ। ਇੱਧਰ ਵੀ ਜਨਾਬ ਬੰਤੀ ਵੀ ਹੈ ਜਨਾਬ, ਇਹ ਮੋਰਚਾ ਗਾਰ ਹੀ ਸੁਣਿਆ ਸੀ ਜੀ, ਅੰਦਰ ਜੁੜਨੇ ਆ ਜੀ। ਐ ਜਨਾਬ ਵਿਊਜ਼ ਤੱਕੀ ਸਕਣੇ ਹੋ, ਅੰਦਰ ਤੋਂ ਗਾਰ, ਅੰਦਰ ਐ ਠੰਡਕ ਹੈ ਜੀ। ਪੜਾਸ ਤਾਂ ਉਸੇ ਦਾ ਜਿੱਦਾਂ ਟੁਈ ਗਏ, ਤਾਂ ਫਿਲਹਾਲ ਤਾਂ ਇਹਨਾਂ ਦਾ ਸਮਾਨ ਸਮਾਨ ਰੱਖਿਆ, ਤਾਂ ਉੱਪਰ ਛੱਤ ਵੀ ਤੱਕੋ, ਇਹ ਤੱਕੋ ਜੀ ਨਾ ਜੀ, ਸਾਫ਼ ਸੁਥਰੀ। ਪਹਿਲੇ ਤਾਂ ਆਉਣਾ ਜੰਗਲ ਆਉਣਾ ਸੀ ਜੀ, ਹੁਣ ਤਾਂ ਸਫਾਈ ਕਰਾਈ ਕਿੰਨੀ ਨੇ, ਇਹ ਇੱਧਰ ਤੱਕੀ ਸਕਣੇ ਜਨਾਬ ਸਾਰਾ ਨਿਜ਼ਾਮ। ਜ਼ਬਰਦਸਤ ਜੀ, ਚਲੋ ਜੀ ਅੱਜ ਤੁਸੀਂ ਕੀ ਗਾਰ ਵੀ ਦੱਸੀ ਉੜੀ ਹੈ ਜੀ ਨਾ ਭਾਈ ਰੇਸ ਨਾਲ ਫੋਟੋ ਬਣਾਉਣੇ ਪਏ ਸਾਕਬ ਸਾਹਿਬ ਨਾਲ ਜਨਾਬ, ਤਾਂ ਸਾਕਬ ਸਾਹਿਬ ਇਹ ਬੈਠੇ ਹੋਏ ਗਾਰਾ ਕੋਲ, ਤਾਂ ਮੈਂ ਜਨਾਬ ਆਪਣਾ ਤਾਂ ਵਲੋਗਿੰਗ ਤੁਸੀਂ ਦੱਸੀ ਸੀ ਪੂਰਾ, ਤੁਸੀਂ ਕੀ ਦੱਸਿਆ ਇਹ ਗਾਰ ਹੈ ਤਾਂ ਕੀ ਸਕਦੇ ਜਨਾਬ, ਅਜੇ ਵੀ ਉੱਪਰ ਲਾਈਟਾਂ ਸ਼ਾਈਟਾਂ ਵੀ ਲੱਗੀਆਂ, ਕਿਆ ਬਾਤ ਹੈ ਜੀ। ਹਾਂਜੀ ਸਾਕਬ ਸਾਹਿਬ, ਇਹ ਦੱਸੋ ਗਾਰ ਤੁਸੀਂ ਵਿਜ਼ਿਟ ਕਰੀ ਕਹਿੰਦੀ ਹੈ, ਤਾਂ ਤੁਸਾਂ ਕੀ ਕੋਈ ਇਸ ਤਰ੍ਹਾਂ ਹਿਸਟਰੀ ਪਤਾ ਗਾਰ ਹੈ ਨੀ, ਇਹ ਕੈਸੀ ਗਾਰ ਕੁਛ ਨੇ ਕਬਜ਼ੇ ਵਿੱਚ? ਜ਼ਿਆਦਾ ਤਾਂ ਨਹੀਂ ਪਤਾ, ਪਰ ਇੱਥੇ ਜ਼ਿਲ੍ਹਾ ਜੰਗ ਹੋਣੀ ਵੀ ਹੋਣੀ ਸੀ, ਇੱਥੇ ਜਿਹੜਾ ਬਕਾਇਦਾ ਸਿੱਖ ਰਹਿਣੇ ਹੋਣੇ ਸਨ ਇੱਥੇ, ਹਾਂ ਬਿਲਕੁਲ ਠੀਕ ਹੈ, ਇੱਥੇ ਜੰਗ ਹੋਣੀ ਹੋਣੀ ਸੀ, ਉਹ ਇੱਥੇ ਜਿਹੜਾ ਉਹਨਾਂ ਨੇ ਕਬਜ਼ਾ ਹੋਣਾ ਸੀ ਬਕਾਇਦਾ, ਇੱਥੋਂ ਜਿਹੜਾ ਉਹ ਫਾਇਰਿੰਗ ਸ਼ੈਰਿੰਗ ਕਰਨੇ ਹੋਣੇ, ਤੋਪਾਂ ਸ਼ੋਪਾਂ ਚਲਾਉਣੇ, ਜੇ ਕੁਝ ਵੀ ਆ, ਇਸ ਕੀ ਗਾਰ ਵੀ ਆਉਣੇ ਤੇ ਕਿਸਮ ਦਾ ਮੋਰਚਾ ਵੀ ਆਣੇ, ਦੋਵੇਂ ਚੀਜ਼ ਵੀ ਆਣੀ, ਠੀਕ ਹੋਈ ਗਿਆ ਠੀਕ, ਮਤਲਬ ਉੱਥੇ ਛੱਪੀ ਤੇ ਜਿਹੜਾ, ਵੈਸੇ ਇਹ ਇਸ ਪਤਾ ਹੋਇਆ ਕਿ ਕਿੰਨਾ ਅਰਸਾ ਪੁਰਾਣੀ ਹੋ ਸੀ ਇਹ, ਪੁਰਾਣੀ ਸਾਡੇ ਤੋਂ ਪਹਿਲੇ ਨਹੀਂ ਹੈ, ਤਾਂ ਪੈਦਾ ਨਾ ਹੋਇਆ ਉਸ ਤੋਂ ਪਹਿਲੇ ਨਹੀਂ, 100-150 ਸਾਲ ਪੁਰਾਣੀ ਹੈ ਜੀ, ਪਾਕਿਸਤਾਨ ਬੰਨੇ ਤੋਂ ਪਹਿਲੇ ਨਹੀਂ ਹੈ ਜਨਾਬ। ਅਸਾਂ ਹੁਣ ਕੂਹਾਂ ਵਾ ਇੱਕ ਬੜਾ ਪੁਰਾਣਾ, ਹੁਣ ਸਾਕਬ ਸਾਹਿਬ ਉੱਧਰ ਖੜਨੇ ਪਏ, ਅੱਜ ਮੈਂ ਆਣਾ ਜਿੱਤੀ ਵਾਕ ਤੁਸਾਂ ਕਰਾਈ ਨਾ, ਅੱਲਾ ਹੀ ਪੁੱਛੀ ਤੁਸਾਂ ਜੀ, ਕਿਆ ਹਾਲ ਜੀ, ਬਿਮਾਰੀਆਂ ਉਤਨੀਆਂ ਮਰਸਨ, ਯਾਦ ਰੱਖਿਆ ਹੈ, ਕੋਈ ਗੋਲੀ ਖਾਣੀ ਨਹੀਂ, ਕੋਈ ਡਾਕਟਰਾਂ ਕੋਲ ਜਾਣਾ ਨਹੀਂ, ਲੋਹੜੇ ਕੋਲ ਵਾਕ ਸਭ ਕੁਝ ਆ, ਸਮਝੀ ਕਿ ਇਹ ਜਨਾਬ ਮਸ਼ਵਰੇ ਮੁਫਤ ਚਾਈਨਾ ਮੈਂ, ਅੱਜ ਤੁਸਾਂ ਕੀ ਬੁਲਾ ਕੇ ਮਸ਼ਵਰੇ ਮੁਫਤ ਲੱਭਣ, ਵਾਕਈ ਜਨਾਬ ਵਾਕ ਬਹੁਤ ਜ਼ਰੂਰੀ ਹੈ, ਲੇਕਿਨ ਉਹ ਤਰੀਕੇ ਨਾਲ ਕੀਤੀ ਜਾਏ, ਤਾਂ ਵੈਸੇ ਬਦ ਤਰੀਕੀ ਜਿਹੜੀ ਵਾਕ ਹੈ ਨਾ ਉਹ ਨਹੀਂ ਚੰਗੀ, ਕਿਆ ਹੈ ਜੀ, ਬਿਲਕੁਲ ਬਿਲਕੁਲ ਸਹੀ ਆ ਗਿਆ, ਇਹ ਤਾਂ ਕੋਈ ਜੰਗਲ ਮਾਰੋ ਚਾਹੋ ਇੱਥੋਂ ਕੁਝ ਕਰੀ ਸਕਦੇ ਹੋ, ਤਾਂ ਜੰਗਲ ਨੇ ਬਚਿਆ ਹੋ, ਕੋਰੋਨੇ ਦੇ ਦੌਰਾਨ ਇੱਥੇ ਮੈਂ 2 ਸਾਲ ਇਸ ਰੋਡਾ ਪਰ ਦੌੜਨਾ ਰਹਿਣਾ, 2 ਸਾਲ ਅੱਛਾ ਕਲਾਈ ਪੂਰੀ ਸਾਲ ਦੌੜਨਾ ਰਿਹਾ, ਠੀਕ ਹੈ, ਇੱਥੇ ਤਾਂ ਕੁਝ ਇਸ ਚੜ੍ਹਾਈ ਪਰ ਜਨਾਬ ਸਾਕਬ ਸਾਹਿਬ ਬਾਣੇ ਮੈਂ ਦੌੜਨਾ ਰਿਹਾ, ਅਤੇ ਇੱਥੇ ਆਉਣੇ ਮੋਟਰਸਾਈਕਲ ਗੱਡੀਆਂ ਬਸ ਕਰੀ ਜਾਣੀਆਂ,
ਤਾਂ ਇੱਧਰੋਂ ਮੈਂ ਤੁਸੀਂ ਦੱਸਾਂ ਤਾਂ ਇਹ ਤਾਂ ਕੋਚੜਾਈ ਹੋਏ 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 ਅੱਜ ਅੱਧੀ ਹੈ ਪਰ ਅਸਾਂ ਕਿਵੇਂ ਅੱਜ ਨਾ ਪਤਾ ਨਹੀਂ ਕੀ ਇਹ ਮੈਂ ਕੋਈ ਸਜ਼ਾ ਦੇਣਗੇ ਉਹ ਪੁਰਾਣੀ ਆ ਗਿਆ ਜੋ ਜੰਗਲ 'ਚ ਉਹ ਮਾਸ਼ਾਅੱਲਾ ਉਹ ਤੱਕੋ ਜੀ ਇੱਥੋਂ ਸਗੇ ਵਿਊ ਕਰਾਉਣੇ ਆ ਜਨਾਬ ਬਲਾਕ ਲੱਗੇ ਵੇ ਹੁਣ ਅਸਾਂ ਪਹੁੰਚਣੇ ਲਈ ਐਂ ਤੱਕ ਹੀ ਸਕੋ ਜੀ ਮਾਸ਼ਾਅੱਲਾ ਇਹ ਜੰਗਲ ਹੀ ਜੰਗਲ ਜੀ ਅੱਜ ਸਗੀ ਜੰਗਲ ਨੇ ਵੀ ਸੈਰ ਕਰਾਈਦਾ ਤਾਰੀਖੀ ਜਗ੍ਹਾ ਵੀ ਦੱਸੀਆਂ ਮੀਆਂ ਜੀ ਇਹ ਲੱਕੜੀ ਕਿਹੜੀ ਜੁਲੀਏ ਆਪੂ ਘਰ ਪਹੁੰਚਿਆ ਬੜੀ ਗੱਲ ਨਾਜ਼ੀਰ ਕੀ ਮੈਂ ਜੀ ਅੱਜ ਇਹ ਵੀ ਹਿਸਟਰੀ ਦੱਸਾਂ ਨਾ ਇਹਨਾਂ ਨਾ ਹਣ ਕੇ ਖਾਲੀ ਦੱਪਾ ਮਾਰਨੇ ਨੇ ਮਾਸ਼ਾਅੱਲਾ ਐ ਜਨਾਬ ਹੁਣ ਪਹੁੰਚੀ ਆਏ ਅਸਾਂ ਉਸ ਕੂਏ ਕੋਲ ਕਿ ਜਿਹੜਾ ਕਮੋ ਪੇਸ਼ ਆਣੇ ਕੋਈ ਜੀ 150-200 ਸਾਲ ਪੁਰਾਣਾ ਤੇ ਜਨਾਬ ਪਹਿਲੇ ਪਾਣੀ ਕੋਣ ਸੀ ਹੋਣਾ ਤੇ ਇੱਥੇ ਹੀ ਹੋਣਾ ਸੀ ਐ ਤੱਕ ਜਨਾਬ ਵਿੱਚ ਹੁਣ ਕਿਹਾ ਜੀ ਮਾਸ਼ਾਅੱਲਾ ਐ ਤੱਕ ਜੀ ਇਹ ਗੰਦਾ ਹੋਇਆ ਪਾਣੀ ਹੈ ਜੀ ਅੱਛਾ ਜੀ ਇਹ ਕੋਈ ਕੋਈ ਲਿਖਿਆ ਜੀ ਤਾਮੀਰ ਕਿਆ ਲਿਖਿਆ ਜੀ ਤਾਮੀਰ ਬਾਵਲੀ ਡਿੰਗਲ ਬਾਵਲੀ ਡਿੰਗਲ ਤਸੀਲ ਡੁਡਿਆਲ ਬਰਾਏ ਪਾਣੀ ਉੱਪਰ ਚੜਿਆ ਬਾਰਿਸ਼ਾਂ ਹੋਈਆਂ ਨਾ ਪਾਣੀ ਤੱਕ ਜੇ ਮੌਜੂਦ ਹੈ ਅੱਗੇ ਪਿੱਛੇ ਤੱਕ ਜਨਾਬ ਜੰਗਲ ਵਾਹ ਨਾਜ਼ਰੀਨ ਅੱਜ ਵੀਡੀਓ ਪੂਰੀ ਤੱਕ ਹੈ ਤੇ ਉਮੀਦ ਹੈ ਕਿ ਤੁਸੀਂ ਲਾਈਕ ਵੀ ਕਰ ਸੋ ਲਾਜ਼ਮੀ ਤੇ ਇਹ ਤੱਕੀ ਸਕਣ ਜਨਾਬ ਇੱਕ ਵਾਰੀ ਫਿਰ ਜਨਾਬ ਤੁਹਾਨੂੰ ਦੱਸ ਰਿਹਾ ਤਾਮੀਰ ਪੜ੍ਹੋ ਜੀ ਭਾਈ ਜੀ ਕਿਆ ਲਿਖਿਆ ਤਾਮੀਰ ਬਾਵਲੀ ਡਿੰਗਲ ਤਹਿਸੀਲ ਡੜਿਆਲ ਬਰਾਏ ਸਾਲੇ ਸਵਾਬ ਮੌਲਵੀ ਇਮਾਮ ਦੀਨ ਸਾਲ ਸਾਲ ਨਹੀਂ ਲਿਖਿਆ ਸਨ ਤੱਕ ਕੋਈ ਥੱਲਾ ਲਿਖਿਆ ਸਨ ਕੋਈ ਆਇਆ ਮਿੱਟੇ ਆ ਜੀ ਪਰ ਮਿੱਟੇ ਧਿਆਨ ਕਰਿਆ 1975 ਦਿਸਣਾ ਜੀ 1975 ਮਾਸ਼ਾਅੱਲਾ ਚਲੋ ਜੀ ਪੁਰਾਣੀ ਹੈ ਜੀ 55 ਜਾ ਕੋਈ 1955 ਕਿਆ ਨੇ ਸਾਕੋ ਸਾਹਿਬ ਬੜੀ ਹਿੰਮਤ ਕਰਨਾ ਪਈ ਜੀ ਪਤਾ ਲੱਗਿਆ ਇਹ ਬੜੀ ਪੁਰਾਣੀ ਹੈ ਜੀ ਪੜ੍ਹ ਨਹੀਂ ਹੋਣਾ ਪਿਆ ਸਲਮਾਨ ਖਾਨ ਪਿੱਛੇ ਛੱਟੀਆਂ ਉਹਨਾਂ ਕੀ ਜ਼ਰਾ ਲਾਓ ਨਾ ਤਾਂ ਚੜ੍ਹ ਜਾਏ ਹਾਂ ਹਾਂ ਨਜ਼ਰ ਨਹੀਂ ਲਾਈ ਪੜ੍ਹੋ ਹਾਂ ਜੀ ਇਹ ਕੂਆ ਕਿੱਦਾਂ ਪੁਰਾਣਾ ਕੋਈ ਗੱਲ ਫਿਰ ਵੀ ਉਹ ਆਈ ਉਮੀਦ ਹੈ ਉਹ 1975 ਹੀ ਦਿਸਣਾ ਸਰਕਾਰ ਲਿਖਿਆ ਚਲੋ ਜੀ ਜੋ ਵੀ ਹੈ 75 ਜਾਂ 55 ਹੈ ਬਾਰਾਂ ਮਿੱਟੇ ਆ ਬਾਰਾਂ ਜੀ ਉਹ ਖੂਹ ਵੀ ਆਏ ਨੇ ਤਾਂ ਕੀ ਸਕਣੇ ਹੋ ਇਹ ਨਹੀਂ ਦਿਸਣਾ ਕਿ 1900 ਬਹੁਤ ਪੁਰਾਣਾ ਡਿੰਗਲ ਮੁਕਾਮ ਹੈ ਜੀ ਜੀ ਡਿੰਗਲ ਮੁਕਾਮ ਰੱਟਾ ਇਹ ਤਾਂ ਕੀ ਸਕਦੇ ਬਹੁਤ ਚਲੋ ਭਾਈ ਉਹ ਟਰੈਕਟਰ ਬੜਾ ਖਤਰਨਾਕ ਮੋੜਿਆ ਜਨਾਬ ਹੈ ਹੁਣ ਵਾਪਸੀ ਦੀ ਤਿਆਰੀ ਬਣੀ ਗਈ ਹੈ ਤਾਂ ਚੜ੍ਹਾਈ ਤੋਬਾ ਤੋਬਾ ਅੱਜ ਕੁਝ ਨਾ ਪੁੱਛੋ ਬੜੀ ਡਾਢੀ ਵਾਕ ਹੋਈ ਗਈ ਉਹ ਤੁਸਾਂ ਚੜੀਆਂ ਨਾ ਅਸਾਂ ਨਹੀਂ ਨਾ ਚੜੀਆਂ ਤੁਸਾਂ ਤਾਂ ਹਰ ਪਾਸਾ ਚੜੀ ਜਾਣੇ ਹੋ ਬੜੀ ਗੱਲ ਬੜੀ ਗੱਲ